ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ ਮੇਰੇ ਸਾਰੇ ਦੋਸਤਾਂ ਮਿੱਤਰਾਂ ਨੂੰ। ਕੀ ਹਾਲ ਚਾਲ ਜੀ ਸਾਰਿਆਂ ਦਾ? ਆਸ ਕਰਦੇ ਹਾਂ ਕਿ ਸਾਰੇ ਵੀਰ ਵਧੀਆ ਹੀ ਹੋਣਗੇ। ਲਓ ਵੀਰ ਜੀ, ਅੱਜ ਆਪਾਂ ਤੁਹਾਡੇ ਸਾਰਿਆਂ ਵਾਸਤੇ ਇੱਕ ਵੀਡੀਓ ਫੇਰ ਲੈ ਕੇ ਆਏ ਹਾਂ। ਅਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਗੱਲ ਹਮੇਸ਼ਾ ਹੀ ਤਰ੍ਹਾਂ ਕਹਿੰਦਾ ਹੁੰਦਾ ਵਾਂ ਕਿ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਅਤੇ ਨਾਲ ਹੀ ਬੈੱਲ ਆਈਕੋਨ 'ਤੇ ਵੀ ਕਲਿੱਕ ਜ਼ਰੂਰ ਕਰੋ ਤਾਂ ਜੋ ਕੋਈ ਨਵੀਂ ਵੀਡੀਓ ਆਵੇ, ਕੋਈ ਵੀ ਨਵੀਂ ਗੱਲ ਆਵੇ, ਅਤੇ ਉਸ ਦਾ ਜਿਹੜਾ ਨੋਟੀਫਿਕੇਸ਼ਨ ਤੁਹਾਨੂੰ ਆਪਣੇ ਆਪ ਮਿਲ ਜਾਵੇ, ਅਤੇ ਤੁਸੀਂ ਸਾਡੀ ਵੀਡੀਓ ਸਭ ਤੋਂ ਪਹਿਲਾਂ ਪ੍ਰਾਪਤ ਕਰ ਸਕੋ, ਅਤੇ ਉਸ ਵੀਡੀਓ ਤੋਂ ਕੁਝ ਸਿੱਖ ਸਕੋ ਅਤੇ ਅੱਗੇ ਸਿਖਾ ਸਕੋ। ਲਓ ਜੀ ਵੀਰ ਜੀ, ਵੀਡੀਓ ਆਪਣੀ ਜਿਹੜੀ ਅੱਜ ਵਾਲੀ ਆ, ਇਹਦੇ ਵਿੱਚ ਆਪਾਂ ਗੱਲਬਾਤ ਕਾਫੀ ਸਵਾਲ ਆ, ਕਾਫੀ ਗੱਲਾਂ ਵਾ ਇਟਲੀ ਦੇ ਵਿੱਚ ਜੋ ਨਵੀਆਂ ਹੋਈਆਂ ਵਾ ਉਹਦੇ ਬਾਰੇ ਆਪਾਂ ਗੱਲਬਾਤ ਕਰਾਂਗੇ। ਸਭ ਤੋਂ ਮੇਨ ਗੱਲ ਤਾਂ ਆਪਾਂ ਕਰਾਂਗੇ ਕਿ ਜਿਹੜੀ ਇੱਕ ਗੱਲ ਇੱਥੇ ਚੱਲਣ ਦੀ ਆ ਕਰੋਨਾ ਵਾਇਰਸ ਬਾਰੇ, ਠੀਕ ਹੈ ਜੀ। ਆਮ ਹੀ ਸੁਣਿਆ ਵਾ, ਆਮ ਹੀ ਤੁਸੀਂ ਯੂਟਿਊਬ 'ਤੇ ਵੇਖਿਆ ਵਾ, ਹੋਰ ਵੀ ਬੜੀਆਂ ਚੀਜ਼ਾਂ ਤੁਸੀਂ ਵੇਖੀਆਂ ਵਾ ਕਿ ਯੂਟਿਊਬ 'ਤੇ ਕਿ ਕਰੋਨਾ ਵਾਇਰਸ ਇੱਕ ਹੈਗਾ ਵਾ, ਅਤੇ ਜਿਹਦੇ ਬਾਰੇ ਆਪਾਂ ਥੋੜ੍ਹੀ ਜਿਹੀ ਡਿਟੇਲ ਦੇ ਵਿੱਚ ਗੱਲ ਕਰਾਂਗੇ। ਪਲੱਸ ਨਾਲ ਆਪਾਂ ਇਹ ਗੱਲ ਕਰਾਂਗੇ ਕਿ ਜਿਹੜੇ 9 ਮੰਥ ਵਾਲੇ ਪੇਪਰ ਆ, ਠੀਕ ਹੈ ਜੀ, ਕਿ ਜਿਹੜੇ ਜਿਨ੍ਹਾਂ ਦੇ ਰਹਿ ਗਏ ਆ ਉਹਨਾਂ ਦਾ ਕੀ ਹਿਸਾਬ ਕਿਤਾਬ ਆ, ਕਿ ਨਿਕਲਣ ਦੀ ਆਸ ਆ ਕਿ ਕਿੰਨੀ ਕੁ ਨਹੀਂ ਆਸ ਹੈਗੀ। ਇੱਕ ਆਪਾਂ ਨਾਲ ਹੀ ਗੱਲ ਕਰਾਂਗੇ ਕਿ 2020 ਦੇ ਵਿੱਚ ਜਿਹੜੀ ਇਮੀਗ੍ਰੇਸ਼ਨ ਖੋਲ੍ਹਣ ਵਾਲੀ ਆ ਓਪਨ, ਉਹਦੇ ਬਾਰੇ ਗੱਲਬਾਤ ਕਰਾਂਗੇ, ਅਤੇ ਇੱਕ 9 ਮੰਥ ਵਾਲੇ ਪੇਪਰ ਜਿਹੜੇ ਆ ਉਹਦੇ ਬਾਰੇ ਆਪਾਂ ਗੱਲਬਾਤ ਕਰਾਂਗੇ। ਅਤੇ ਵੀਡੀਓ ਸ਼ੁਰੂ ਕਰਦੇ ਹਾਂ ਆਪਾਂ ਵੀਰ ਜੀ। ਸਭ ਤੋਂ ਪਹਿਲਾਂ ਕਿ ਜਿਹੜੀ ਮੇਨ ਗੱਲ ਤੁਹਾਨੂੰ ਆਪਾਂ ਕਰਦੇ ਹਾਂ ਕਿ ਜਿਹੜਾ ਕਰੋਨਾ ਵਾਇਰਸ, ਠੀਕ ਆ, ਬਹੁਤ ਜ਼ਿਆਦਾ ਲੋਕਾਂ ਦੇ ਦਿਮਾਗ ਦੇ ਵਿੱਚ ਨੈਗੇਟਿਵਿਟੀਆਂ ਵੜ ਗਈਆਂ ਵਾ, ਬਹੁਤ ਜ਼ਿਆਦਾ ਕੁਛ ਤਾਂ ਚਲੋ ਵੜ ਗਈਆਂ ਵਾ ਅਤੇ ਕੁਛ ਵਾੜ ਦਿੱਤੀਆਂ ਗਈਆਂ ਵਾ, ਠੀਕ ਆ। ਵਾੜ ਕਿਸ ਤਰ੍ਹਾਂ ਦਿੱਤੀਆਂ ਗਈਆਂ ਵਾ ਕਿ ਬੰਦਿਆਂ ਨੇ ਕਹਿ ਗਏ ਕਿ ਮਤਲਬ ਕਿ ਕੋਈ ਇਹੋ ਜਿਹੀ ਇਹ ਬਿਮਾਰੀ ਆ, ਠੀਕ ਆ, ਕਿ ਜਿਹਦੇ ਨਾਲ ਬੰਦੇ ਨੂੰ ਬੁਖਾਰ ਹੋਣਾ ਸ਼ੁਰੂ ਹੋ ਜਾਂਦਾ ਵਾ, ਜ਼ੁਕਾਮ ਹੋਣਾ ਸ਼ੁਰੂ ਹੋ ਜਾਂਦਾ ਵਾ, ਜਾਂ ਗਲਾ ਖਰਾਬ ਹੋ ਜਾਂਦਾ, ਜਾਂ ਥਕਾਵਟ ਹੋਣ 'ਤੇ ਸ਼ੁਰੂ ਹੋ ਜਾਂਦਾ ਵਾ, ਅਤੇ ਹਾਂਜੀ ਵੀ ਜਿਹਨੂੰ ਵੀ ਇਹ ਚੀਜ਼ਾਂ ਹੋਣੀਆਂ ਸ਼ੁਰੂ ਹੋ ਗਈਆਂ ਵਾ, ਅਤੇ ਓਕੇ ਜੀ ਉਹਨੂੰ ਕਰੋਨਾ ਵਾਇਰਸ ਉਹਦੇ ਵਿੱਚ ਆ ਗਿਆ ਵਾ। ਅਤੇ ਮੈਂ ਤੁਹਾਡੇ ਸਾਰਿਆਂ ਵੀਰਾਂ ਨਾਲ ਸਿਰਫ ਇੱਕ ਇਹ ਗੱਲ ਸਾਂਝੀ ਕਰਨਾ ਚਾਹੁੰਦਾ ਵਾਂ, ਠੀਕ ਆ, ਕਿ ਚਲੋ ਪਤਾ ਤਾਂ ਮੈਨੂੰ ਵੀ ਨਹੀਂ ਇਹਦੇ ਬਾਰੇ ਹੈਗਾ ਕਿ ਲੈ ਵੀ ਕਿੰਨੀ ਕੁ ਗੱਲ ਸੱਚੀ ਆ ਅਤੇ ਕਿੰਨੀ ਕੁ ਗੱਲ ਝੂਠੀ ਆ, ਹੈ ਨਾ। ਬਸ ਆਪਾਂ ਸਿਰਫ ਇੱਕ ਸਲਾਹ ਕਰਨੀ ਇੱਕ ਦੂਜੇ ਨੇ ਕਿ ਜਿਵੇਂ ਕਿ ਮੈਂ ਹੋਰ ਵੀ ਕੁਛ ਆਪਣੇ ਯਾਰ ਦੋਸਤ ਉਹਨਾਂ ਨੂੰ ਵੀ ਗੱਲਬਾਤ ਕੀਤੀ ਆ, ਅਤੇ ਉਹਨਾਂ ਨੇ ਵੀ ਆਪਣੇ ਵਿਚਾਰ ਦਿੱਤੇ ਆ, ਅਤੇ ਉਹ ਵਿਚਾਰ ਜਿਹੜੇ ਮੈਂ ਤੁਹਾਡੇ ਨਾਲ ਸਾਂਝੇ ਕਰੂੰਗਾ, ਠੀਕ ਆ। ਅਤੇ ਪਲੱਸ ਤੁਸੀਂ ਖੁਦ ਵੀ ਇਹ ਚੀਜ਼ ਸੋਚਿਓ ਕਿ ਇਹ ਵਾਕਈ ਹੀ ਇਹ ਇੱਕ ਮਤਲਬ ਕਿ ਝੂਠ ਆ, ਡਰ ਆ, ਕਿ ਜਾਂ ਵਾਕਈ ਇਹ ਚੀਜ਼ ਵਾਇਰਸ ਹੈਗਾ ਵਾ ਕੋਈ। ਜੋ ਅਸੀਂ ਵਿਚਾਰ ਕੀਤੀ ਆ, ਠੀਕ ਆ, ਕੁਛ ਮੇਰੇ ਯਾਰਾਂ ਦੋਸਤਾਂ ਨੇ ਉਹਨਾਂ ਦੇ ਨਾਲ ਮੈਂ ਰਲ ਕੇ ਉਹਨਾਂ ਨੂੰ ਪੁੱਛਿਆ ਕਿ ਹਾਂਜੀ ਵੀ ਕੀ ਆ, ਅਤੇ ਜੋ ਸਾਡੇ ਵਿਚਾਰ ਦੇ ਵਿੱਚ ਗੱਲ ਸਾਰੀ ਬਾਤ ਗੱਲ ਚੱਲੀ ਆ, ਜੋ ਅਸੀਂ ਸੋਚਿਆ ਵਾ ਉਹ ਤੁਹਾਨੂੰ ਮੈਂ ਦੱਸਦਾ ਵਾਂ ਕਿ ਸਾਡੇ ਦਿਮਾਗ 'ਚ ਜਿਹੜੀ ਇਹ ਗੱਲ ਆਈ ਆ ਕਿ ਇਹ ਆਈ ਆ ਕਿ ਇਹ ਸਿਰਫ ਅਤੇ ਸਿਰਫ ਇੱਕ ਬਿਜ਼ਨਸ ਆ, ਠੀਕ ਹੈ ਜੀ। ਅਤੇ ਕਿਸੇ ਬੰਦੇ ਨੇ, ਠੀਕ ਆ, ਕਿ ਆਪਣਾ ਬਿਜ਼ਨਸ ਚਲਾਉਣ ਵਾਸਤੇ ਜਾਂ ਆਪਣੇ ਬਿਜ਼ਨਸ ਨੂੰ ਅਪ ਕਰਨ ਵਾਸਤੇ ਕੁਛ ਵੀ ਕਰਨ ਵਾਸਤੇ ਜਿਹੜਾ ਵਾ ਇਹ ਜਿਹੜਾ ਚਾਈਨਾ ਦਾ ਜਿਹੜਾ ਵਾ ਵਾਇਰਸ, ਅਤੇ ਉਹਦੇ ਬਾਰੇ ਜਿਹੜੀ ਅਫਵਾਹ ਫੈਲਾ ਦਿੱਤੀ ਗਈ ਆ, ਇਹ ਸਿਰਫ ਸਾਡੇ ਵਿਚਾਰ ਆ, ਇਹਦੇ 'ਚ ਕੋਈ ਪੱਕਾ ਨਹੀਂ ਹੈਗਾ ਕਿ ਜੋ ਅਸੀਂ ਵਿਚਾਰ ਕੀਤੇ ਆ ਕਿ ਉਹ ਵਾਕਈ ਹੀ ਸੱਚੇ ਹੋਣਗੇ, ਠੀਕ ਹੈ ਜੀ। ਇਹ ਸਿਰਫ ਇੱਕ ਵਿਚਾਰ ਮੈਂ ਤੁਹਾਡੇ ਨਾਲ ਸਾਂਝੇ ਕਰਦੇ ਹਾਂ, ਓਕੇ। ਇਹਦੇ ਵਿੱਚ ਕੋਈ ਸੱਚਾਈ ਨਹੀਂ ਕਿ ਕੋਈ ਇਹਦੇ ਵਿੱਚ ਇਹ ਨਹੀਂ ਹੈਗਾ ਕਿ ਹਾਂ ਵੀ ਇਸ ਤਰ੍ਹਾਂ ਹੀ ਆ। ਅਤੇ ਅਸੀਂ ਸਾਰਿਆਂ ਨੇ ਵਿਚਾਰ ਕਰਨ ਤੋਂ ਬਾਅਦ ਇਹ ਸੋਚਿਆ ਕਿ ਇਹ ਕਿਸੇ ਬੰਦੇ ਨੇ ਆਪਣਾ ਬਿਜ਼ਨਸ ਚਲਾਉਣ ਵਾਸਤੇ, ਸਪੋਜ ਕਰੋ ਕਿ ਆਪਾਂ ਜਿਹੜੇ ਮੂੰਹ ਦੇ ਪਾਉਣ ਆਪਾਂ ਪਾਉਂਦੇ ਹਾਂ, ਜਾਂ ਸਪੋਜ ਕਰੋ ਕਿ ਉਹਨਾਂ ਨੇ ਇਹ ਗੱਲ ਕੀਤੀ ਆ, ਜਾਂ ਹੱਥ ਧੋਣ ਵਾਲੇ ਜਿਹੜੇ ਆ ਸਮਾਨ ਹੁੰਦਾ ਵਾ, ਜੈੱਲ ਹੁੰਦੀ ਜਿਹੜਾ ਆਪਾਂ ਹੱਥ ਧੋਂਦੇ ਹਾਂ, ਜਾਂ ਫਿਰ ਇਟਲੀ ਦੇ ਵਿੱਚ ਅਲਕੋਹਲ ਹੁੰਦੀ ਆ, ਹੈ ਨਾ, ਕੁਛ ਵੀ ਕਹਿ ਸਕਦੇ ਹਾਂ ਆਪਾਂ, ਠੀਕ ਆ। ਅਸੀਂ ਸੋਚਿਆ ਕਿ ਲੈ ਵੀ ਇਹ ਕਿਸੇ ਬੰਦੇ ਨੇ ਇਸ ਤਰ੍ਹਾਂ ਕਰਕੇ ਅਤੇ ਐਡਾ ਤਕੜਾ ਨੈੱਟਵਰਕ ਜਿਹੜਾ ਵਾ ਫੈਲਾ ਤਾ ਵਾ,
ਠੀਕ ਹੈ ਜੀ। ਬਾਕੀ ਹੁਣ ਤੁਸੀਂ ਆਪਣੇ ਆਪਣੇ ਵਿਚਾਰ ਵੇਖਿਓ ਕਿ ਹਾਂ ਵੀ ਜਿਹੜੇ ਕਰੋਨਾ ਵਾਇਰਸ ਵਿੱਚ ਚਲੋ ਜੀ ਠੀਕ ਆ ਕਿ ਇੱਕ ਚਲੋ ਵਾਇਰਸ ਫੈਲ ਗਿਆ ਸਾਰੇ ਬੰਨੇ ਹੈ ਨਾ, ਪਰ ਜੋ ਅਸੀਂ ਵਿਚਾਰ ਕੀਤੇ ਅਸੀਂ ਇਹ ਸੋਚਿਆ ਕਿ ਨਹੀਂ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈਗੀ, ਠੀਕ ਹੈ, ਕਿਉਂਕਿ ਜੇਕਰ ਜੇ ਇਹ ਖਤਰਨਾਕ ਚੀਜ਼ ਹੁੰਦੀ ਠੀਕ ਆ ਅਤੇ ਫਿਰ ਇਹ ਜਿਹੜੀ ਚੀਜ਼ ਨੂੰ ਬੜੀ ਛੇਤੀ ਤੋਂ ਛੇਤੀ ਕਾਬੂ ਪਾਇਆ ਜਾ ਸਕਦਾ ਸੀ ਇਹਦੇ ਉੱਪਰ, ਠੀਕ ਹੈ। ਜਿਵੇਂ ਕਿ ਤੁਹਾਨੂੰ ਪਤਾ ਕਿ ਸਾਰੇ ਵਰਲਡ ਦੇ ਵਿੱਚ ਕੋਈ ਵੀ ਖਤਰਨਾਕ ਚੀਜ਼ ਹੁੰਦੀ ਨਾ ਉਹਦੇ ਉੱਤੇ ਆਪਾਂ ਕੁਛ ਨਾ ਕੁਛ ਜੇ ਕੋਈ ਤਰ੍ਹਾਂ ਦਾ ਹੋਵੇ ਤਾਂ ਉਹਦੇ ਉੱਤੇ ਕਾਬੂ ਪਾਉਣ ਵਾਸਤੇ ਬੜਾ ਕੁਛ ਚੀਜ਼ਾਂ ਆ ਜਾਂਦੀਆਂ ਵਾ, ਠੀਕ ਆ, ਕਿਉਂਕਿ ਸਾਇੰਸ ਬਹੁਤ ਜ਼ਿਆਦਾ ਤਰੱਕੀ ਕਰ ਚੁੱਕਾ ਵਾ। ਪਰ ਇਹਦੇ ਉੱਪਰ ਕੋਈ ਵੀ ਗੱਲ ਨਹੀਂ ਹੁੰਦੀ ਕਿ ਇਹ ਜਿਹੜਾ ਵਾਇਰਸ ਆ ਦਿਨੋਂ ਦਿਨੀ ਵੱਧ ਰਿਹਾ ਵਾ, ਹੈ ਨਾ, ਚਲੋ ਜੀ ਵੱਧ ਰਿਹਾ ਸੁਣਿਆ ਵਾ, ਹੈ ਨਾ, ਵੇਖਿਆ ਤਾਂ ਹੈ ਨਹੀਂ ਗਾ ਕਿ ਵੀ ਵੱਧ ਰਿਹਾ ਵੀ ਇਟਲੀ ਦੇ ਵਿੱਚ ਇੰਨੇ ਹੋ ਗਏ ਆ ਜੀ, ਫਲਾਨੇ ਦੇਸ਼ 'ਚ ਇੰਨੇ ਹੋ ਗਏ ਆ ਜੀ, ਚਾਈਨਾ ਦੇ ਵਿੱਚ ਇੰਨੇ ਹੋ ਗਏ ਆ ਜੀ, ਅਮੈਰੀਕਾ ਦੇ ਵਿੱਚ ਵੀ ਕੁਛ ਕੇਸ ਆ ਗਏ ਆ, ਹੈ ਨਾ, ਅਤੇ ਪਰ ਵੇਖਿਆ ਨਹੀਂ ਹਾਲੇ ਕਿਸੇ ਨੇ, ਠੀਕ ਆ, ਕੋਈ ਕਈ ਬੰਦਿਆਂ ਦੀ ਚਲੋ ਜੀ ਮੌਤ ਵੀ ਹੋ ਗਈ ਆ, ਕਈ ਇਟਲੀ ਦੇ ਵਿੱਚ 84 ਸਾਲ ਦੇ ਬੰਦਿਆਂ ਦੀ ਕਈਆਂ ਦੀ ਹੋਈ ਆ, ਕੋਈ 78 ਸਾਲ ਦਾ ਵਾ, ਕੋਈ ਮਕੇ ਪੁਰਾਣੇ ਬੰਦਿਆਂ ਦੀ ਮੌਤ ਹੋਈ ਆ, ਪਰ ਉਹਦੇ ਬਾਰੇ ਕੋਈ ਵੀ ਠੋਸ ਸਬੂਤ ਜਿਹੜਾ ਵਾ ਨਾ ਉਹ ਨਹੀਂ ਹਾਲੇ ਆਇਆ ਕਿ ਉਸ ਬੰਦਿਆਂ ਦੀ ਜਿਹੜੀ ਮੌਤ ਹੋਈ ਆ ਜਾਂ ਕੁਛ ਵੀ ਹੋਇਆ ਵਾ ਕਿ ਉਹ ਇਸ ਵਾਇਰਸ ਕਰਕੇ ਹੋਈ ਆ। ਇਸ ਕਰਕੇ ਸਾਰਿਆਂ ਵੀਰਾਂ ਨੂੰ ਬੇਨਤੀ ਆ ਕਿ ਇਹ ਜਿਹੜਾ ਵਾਇਰਸ ਆ ਇਹ ਤੋਂ ਤੁਹਾਨੂੰ ਚਲੋ ਜੀ ਜੋ ਕੁਛ ਵੀ ਇਹਨਾਂ ਤੋਂ ਫੈਸਿਲਿਟੀਆਂ ਜਿਹੜੀਆਂ ਹੈਗੀਆਂ ਯਾਨੀ ਕਿ ਇਸ ਤੋਂ ਬਚਣ ਵਾਸਤੇ ਆਪਾਂ ਨੂੰ ਜੋ ਵੀ ਕਰਨਾ ਚਾਹੀਦਾ ਵਾ ਉਹ ਤਾਂ ਚਲੋ ਆਪਾਂ ਕਰਨਾ ਹੀ ਕਰਨਾ, ਯਾਨੀ ਕਿ ਆਪਣੀ ਸਫਾਈ ਰੱਖਣੀ ਚਾਹੀਦੀ ਆ ਮੇਨ, ਕਿ ਆਪਣੇ ਹੱਥ ਜਿਹੜੇ ਆ ਉਹ ਮਤਲਬ ਕਿ ਦਿਹਾੜੀ ਵਿੱਚ 4-5 ਵਾਰੀ ਉਹਨੂੰ ਸਾਫ਼ ਕਰੋ, ਠੀਕ ਆ, ਆਪਣੇ ਘਰ ਦੇ ਵਿੱਚ ਸਾਫ਼ ਸੁਥਰੀਆਂ ਚੀਜ਼ਾਂ ਰੱਖੋ, ਆਪਣਾ ਘਰ ਦੀ ਸਫਾਈ ਚੰਗੀ ਤਰ੍ਹਾਂ ਕਰੋ, ਉਹ ਤਾਂ ਨੋਰਮਲ ਹੀ ਹੈਗਾ ਵਾ, ਠੀਕ ਆ। ਜਦੋਂ ਤੁਸੀਂ ਕਿਤੇ ਬਾਹਰੋਂ ਆਉਂਦੇ ਜੇ ਕਿਸੇ ਭੀੜ ਭੜੱਕੇ ਵਿੱਚ ਆਉਂਦੇ ਜੇ ਉੱਥੋਂ ਆਣ ਕੇ ਆਪਣੇ ਘਰ ਆਣ ਕੇ ਆਪਣੇ ਹੱਥ ਹੁੱਥ ਚੰਗੀ ਤਰ੍ਹਾਂ ਸਾਫ਼ ਕਰਕੇ ਅਤੇ ਉਹਨੂੰ ਰੱਖੋ, ਇਹ ਤਾਂ ਨੋਰਮਲੀ ਹਰ ਇੱਕ ਕਿ ਇਹਦੇ ਨਾਲ ਆਪਾਂ ਨੂੰ ਹੋਰ ਵੀ ਬੜੀਆਂ ਬਿਮਾਰੀਆਂ ਜਿਹੜੀਆਂ ਦੂਰ ਹੋ ਸਕੀਆਂ, ਅਤੇ ਚਲੋ ਜੇਕਰ ਜੇ ਵਾਇਰਸ ਹੋਊਗਾ ਤਾਂ ਇਹ ਵਾਰ ਵਾਰ ਹੀ ਰਹਿ ਜੂਗਾ, ਠੀਕ ਆ। ਇੰਨੇ ਕੁ ਵਿਚਾਰ ਜੀ ਅੱਜ ਹੋਏ ਸਾਡੇ ਆਪਸ ਵਿੱਚ ਕੁਛ ਬੰਦਿਆਂ ਦੇ ਅਤੇ ਉਹ ਆਪਾਂ ਤੁਹਾਡੇ ਨਾਲ ਸਾਂਝੇ ਕੀਤੇ ਆ, ਠੀਕ ਆ। ਅਤੇ ਬਾਕੀ ਤੁਸੀਂ ਵੀ ਆਪਣੇ ਕਮੈਂਟ ਦੇ ਵਿੱਚ ਦੱਸਿਓ ਕਿ ਲੈ ਵੀ ਤੁਹਾਨੂੰ ਕੀ ਲੱਗਦਾ ਵਾ ਜਿਹੜਾ ਸਭ ਕੁਛ। ਅਗਲੀ ਗੱਲ ਤਾਂ ਵੀਰ ਚੱਲਦੇ ਆਪਾਂ ਪੇਪਰਾਂ ਵਾਲੇ ਦੀ, ਜਿਹੜੇ ਕਿ 9 ਮੰਥ ਵਾਲੇ ਪੇਪਰ ਆ ਜਿਹੜੇ ਆ ਉਹ ਵੀ ਇਸ ਵਕਤ ਕਿ ਜਿਨ੍ਹਾਂ ਦੇ ਨਹੀਂ ਨਿਕਲੇ ਹਾਲੇ ਬੜੇ ਸਵਾਲ ਆਏ ਮੈਨੂੰ ਬਹੁਤ ਜ਼ਿਆਦਾ, ਹਰ ਮੈਂ ਕੋਈ ਵੀ ਵੀਡੀਓ ਪਾਵਾਂ ਉਹਦੇ ਵਿੱਚ ਇਹ ਸਵਾਲ ਪੁੱਛਿਆ ਜਾਂਦਾ ਵਾ ਕਿ ਹੁਣ ਭਾਅ ਜੀ ਕਿੰਨੀ ਕਾਸ ਆ, ਹੁਣ ਭਾਅ ਜੀ ਕਿੰਨੀ ਕਾਸ ਆ। ਵੇਖੋ ਵੀਰ ਜੀ ਜਿਹੜੇ 9 ਮੰਥ ਵਾਲੇ ਪੇਪਰ ਆ ਉਹਨਾਂ ਬਾਰੇ ਜੇਕਰ ਆਪਾਂ ਗੱਲ ਕਰੀਏ ਹੁਣ, ਠੀਕ ਆ, ਕਈਆਂ ਨੇ ਤਾਂ ਮੈਨੂੰ ਇਹ ਵੀ ਸਵਾਲ ਕੀਤੇ ਆ ਕਿ ਜੇ ਕਰੋਨਾ ਵਾਇਰਸ ਦਾ ਠੀਕ ਆ ਇਹਨਾਂ ਪੇਪਰਾਂ 'ਤੇ ਵੀ ਕੋਈ ਅਸਰ ਪਊਗਾ ਕਿ ਇਹਨਾਂ ਵੀ ਇਹਨਾਂ ਪੇਪਰਾਂ ਨੂੰ ਮਤਲਬ ਕਿ ਕਰੋਨਾ ਵਾਇਰਸ ਖਾ ਜੇ ਜਾਂ ਕਰੋਨਾ ਵਾਇਰਸ, ਠੀਕ ਆ, ਇਹੋ ਜਿਹਾ ਵੀਰ ਜੀ ਕੁਛ ਨਹੀਂ ਹੈਗਾ। ਕਰੋਨਾ ਜਿਹੜਾ ਵਾਇਰਸ ਆ ਉਹਦਾ ਇਹਨਾਂ ਪੇਪਰਾਂ ਦੇ ਨਾਲ ਕੋਈ ਲਿੰਕ ਨਹੀਂ ਹੈਗਾ, ਕੋਈ ਆਫਿਸ ਨਹੀਂ ਇਹਨਾਂ ਦੇ ਨਾਲ ਬੰਦ ਹੋਣਾ, ਇਹ ਤੁਹਾਡਾ ਜਿਹੜਾ ਕੰਮ ਆ ਉਸੇ ਤਰੀਕੇ ਦੇ ਨਾਲ ਕੰਟੀਨਿਊ ਚੱਲੀ ਜਾਣਾ ਵਾ, ਠੀਕ ਆ। ਸਿਰਫ ਜਿਹੜੀਆਂ ਵਾ ਚੀਜ਼ਾਂ ਉਹਨਾਂ ਨੇ ਬੰਦ ਕੀਤੀਆਂ ਵਾ ਉਹ ਸਿਰਫ ਕੀਤਾ ਕਿ ਜਿੱਥੇ ਬਹੁਤ ਜ਼ਿਆਦਾ ਭੀੜ ਹੁੰਦੀ ਜਿਵੇਂ ਕਿ ਇੱਕ ਸਕੂਲ ਹੋ ਗਏ ਆ, ਮਾਰਕੀਟਾਂ ਹੋ ਗਈਆਂ ਵਾ ਉਹ, ਠੀਕ ਆ, ਜਾਂ ਕੋਈ ਰੈਲੀ ਕਰਨੀ ਹੋਈ, ਉਹਨਾਂ ਨੇ ਸਿਰਫ ਇਹਨੂੰ ਚੀਜ਼ ਨੂੰ ਫਿਲਹਾਲ ਬੰਦ ਕੀਤਾ ਵਾ, ਠੀਕ ਆ। ਬਾਕੀ ਜਿਹੜੇ ਕੰਮ ਆ ਉਹ ਆਪਣੇ ਸਾਰੇ ਚੱਲ ਰਹੇ ਆ, ਓਕੇ ਜੀ। ਅਤੇ ਇਸ ਕਰਕੇ ਜਿਹੜੀ ਆ 9 ਮੰਥ ਵਾਲੇ ਜਿਹੜੇ ਪੇਪਰ ਆ ਉਹ ਨਿਕਲਣ ਦੇ ਆ, ਹੌਲੀ ਹੌਲੀ ਨਿਕਲਦੇ ਸਾਰਿਆਂ ਦੇ, ਅਪ੍ਰੈਲ ਮਈ ਤੱਕ ਜਿਹੜੇ ਆ ਉਹਨਾਂ ਦੀ ਨਿਕਲਣ ਦੀ ਆਸ ਹੈਗੀ ਆ। ਉਸ ਤੋਂ ਬਾਅਦ ਹੋ ਸਕਦਾ ਵਾ ਕਿ ਤੁਹਾਡੇ ਪੇਪਰ ਜਿਹੜੇ ਆ ਨਾ ਨਿਕਲ, ਠੀਕ ਆ, ਨਿਕਲ ਵੀ ਸਕਦੇ ਆ ਬਟ ਬਹੁਤ ਘੱਟ ਚਾਂਸ ਆ ਉਹਦੇ ਬਾਅਦ। ਅਤੇ ਨਾਲ ਆਪਾਂ ਗੱਲ ਤੁਹਾਨੂੰ ਇਹ ਕਰਦੇ ਕਿ ਜਿਹੜੇ ਨੈਕਸਟ ਪੇਪਰ ਖੋਲ੍ਹ ਰਹੇ ਆ ਇਟਲੀ ਦੇ ਵਿੱਚ ਉਹਦੀ ਵੀਰ ਜੀ ਫਿਲਹਾਲ ਤਾਂ ਹਾਲੇ ਜਿਹੜੀ ਆ ਕੋਈ ਖਬਰ ਨਹੀਂ ਗੀ ਕਿ ਕਦੋਂ ਆਪਾਂ ਇਹ ਵਾ ਕਿ ਖੁੱਲ੍ਹਣੇ ਹੈਗੇ ਆ, ਅਤੇ ਉਹ ਛੇਤੀ ਹੀ ਉਹਦੀ ਜਿਹੜੀ ਖਬਰ ਹੈ ਆਪਾਂ ਨੂੰ ਮਾਰਚ ਦੇ ਅਖੀਰ ਤੱਕ ਅਤੇ ਜਾਂ ਅਪ੍ਰੈਲ ਦੇ ਪਹਿਲੇ ਹਫ਼ਤੇ ਦੇ ਵਿੱਚ ਹੋ ਸਕਦਾ ਵਾ ਕਿ ਆਪਾਂ ਨੂੰ ਜਿਹੜੀ ਉਹ ਖੁਸ਼ਖਬਰੀ ਮਿਲ ਜੇ ਪੇਪਰ ਨਿਕਲਣ ਵਾਲੀ, ਜਿਹੜੇ ਨਵੇਂ ਸਿਰੋਂ ਪੇਪਰ 9 ਮੰਥ ਵਾਲੇ ਜਿਹੜੇ ਪੇਪਰ ਆ ਉਹ ਭਰੇ ਜਾਣੇ ਆ ਜਾਂ ਅਪਲਾਈ ਹੋਣੇ ਆ। ਅਤੇ ਜਿਹੜੀ ਓਪਨ ਇਮੀਗ੍ਰੇਸ਼ਨ ਬਾਰੇ ਆ ਇਹ ਵੀ ਮਤਲਬ ਕਿ ਤੁਹਾਨੂੰ ਪਤਾ ਹੀ ਆ, ਤੁਸੀਂ ਵੇਖਿਆ ਹੀ ਹੋਣਾ ਯੂਟਿਊਬਾਂ 'ਤੇ ਬੜਿਆਂ ਵੀਰਾਂ ਨੇ ਪਾਈਆਂ ਵੀਡੀਓ ਕਿ ਓਪਨ ਇਮੀਗ੍ਰੇਸ਼ਨ ਬਾਰੇ ਵੀ ਗੱਲਬਾਤ ਚੱਲਣ ਦੀ ਆ ਕਿ ਠੀਕ ਆ ਕਿ ਉਹ ਵੀ ਮਤਲਬ ਕਿ ਖੁੱਲ੍ਹਣ ਦੇ ਚਾਂਸ ਹੈਗੇ ਆ, ਹੈ ਨਾ।
ਤੇ ਉਹ ਵੀਰ ਜੀ ਇਹ ਵਾ ਕਿ ਇਟਲੀ ਦੇ ਵਿੱਚ ਜਿਹੜੀਆਂ ਗੱਲਾਂ ਬਾਤਾਂ ਚੱਲਦੀਆਂ ਨਾ ਗੌਰਮੈਂਟ ਵੱਜੋਂ, ਠੀਕ ਆ, ਤੇ ਚਲੋ ਫਿਲਹਾਲ ਤੇ ਕੋਈ ਇਸ ਤਰ੍ਹਾਂ ਦਾ ਕੋਈ ਮੁੱਦਾ ਜਾਂ ਕੋਈ ਕਾਨੂੰਨ ਨਹੀਂ ਆਇਆ ਹੈਗਾ ਓਪਨ ਇਮੀਗ੍ਰੇਸ਼ਨ ਬਾਰੇ ਵੀ, ਕਿ ਜਿਹੜੇ ਲੋਕ ਇੱਥੇ ਇਟਲੀ ਦੇ ਵਿੱਚ ਕੱਚੇ ਰਹਿ ਰਹੇ ਆ ਉਹਨਾਂ ਨੂੰ ਪੱਕਾ ਕਰਨ ਵਾਸਤੇ, ਠੀਕ ਆ, ਪਰ ਇਹ ਵਾ ਕਿ ਹੋ ਸਕਦਾ ਵਾ ਕਿ ਜਿਹੜੀ ਓਪਨ ਇਮੀਗ੍ਰੇਸ਼ਨ ਆ ਸ਼ਾਇਦ ਇਹ ਖੋਲ੍ਹ ਦੇਣ, ਠੀਕ ਆ, ਕਿ ਉਸ ਨੂੰ ਖੋਲ੍ਹਣ ਦੇ ਨਾਲ ਇਹ ਵਾ ਕਿ ਚਲੋ ਕੁਛ ਨਾ ਕੁਛ ਜਿਹੜੇ ਬੰਦੇ ਇੱਥੇ ਵਾ ਇਟਲੀ ਦੇ ਵਿੱਚ ਪੱਕੇ ਹੋਣਗੇ, ਅਤੇ ਉਹਦੇ ਬਾਰੇ ਹਾਲੇ ਫਿਲਹਾਲ ਨਹੀਂ ਕੋਈ ਵੀ ਖਬਰ, ਠੀਕ ਆ, ਥੋੜ੍ਹੀ ਬਹੁਤੀਆਂ ਗੱਲਾਂ ਬਾਤਾਂ ਮਤਲਬ ਚੱਲਣ ਦਈਆਂ ਵਾ ਇਮੀਗ੍ਰੇਸ਼ਨ ਦੀਆਂ, ਅਤੇ ਬਟ ਕੋਈ ਠੋਸ ਸਬੂਤ ਜਾਂ ਕੋਈ ਠੋਸ ਕਾਨੂੰਨ ਜਾਂ ਇਸ ਤਰ੍ਹਾਂ ਦਾ ਕੋਈ ਗੱਲ ਨਹੀਂ ਹੋਈ ਕਿ ਹਾਂ ਵੀ ਇਹ ਖੁੱਲ੍ਹਣੇ ਖੁੱਲ੍ਹੇ 19 ਤਰੀਕ ਨੂੰ ਖੁੱਲ੍ਹਣੇ ਆ ਅਤੇ ਇਹਦੇ ਵਿੱਚ ਆਹ ਕਾਨੂੰਨ ਆ, ਠੀਕ ਆ, ਬਟ ਇਹ ਵਾ ਕਿ ਉਸ ਮੁੱਦੇ ਦੇ ਉੱਪਰ ਜੇ ਆਪਾਂ ਵੇਖੀਏ ਤਾਂ ਉਸ ਮੁੱਦੇ ਦੇ ਉੱਪਰ ਜਿਹੜੀ ਇਹ ਗੱਲਬਾਤ ਚੱਲ ਰਹੀ ਆ, ਠੀਕ ਆ, ਇਟਲੀ ਦੇ ਵਿੱਚ। ਅਤੇ ਬਾਕੀ ਵੀਰ ਜੀ ਆਪਣੀ ਜਿਹੜੀਆਂ ਮੇਨ ਮੇਨ ਗੱਲਾਂ ਤੁਹਾਨੂੰ ਮੈਂ ਦੱਸਦੀਆਂ ਵਾਂ, ਠੀਕ ਆ, ਅਤੇ ਬਾਕੀ ਮੇਰੇ ਵੀਰ ਜੇਕਰ ਤੁਹਾਡਾ ਕੋਈ ਹੋਰ ਸਵਾਲ ਹੋਵੇ ਤਾਂ ਜਿਹੜੀ ਨਵੀਂ ਵੀਡੀਓ ਆ ਇਹਦੇ ਵਿੱਚ ਜ਼ਰੂਰ ਲਿਖਿਓ, ਸਿਵਾਏ 9 ਮੰਥ ਵਾਲੇ ਪੇਪਰ ਸਾਡੇ ਨਿਕਲਣਗੇ ਕਿ ਨਹੀਂ ਨਿਕਲਣਗੇ ਇਸ ਤੋਂ ਬਗੈਰ, ਠੀਕ ਹੈ ਜੀ। ਬਾਕੀ ਤੁਹਾਡਾ ਕੋਈ ਉਹਦਾ ਸਵਾਲ ਹੋਵੇ, ਬਾਕੀ ਜਿਹੜਾ ਤੁਹਾਨੂੰ ਮੈਂ ਦੱਸਿਆ ਵਾ ਕਿ ਕਰੋਨਾ ਵਾਇਰਸ ਬਾਰੇ ਜਿਹੜੇ ਅਸੀਂ ਵਿਚਾਰ ਕੀਤੇ ਆ ਆਪਣੇ ਕੁਛ ਯਾਰਾਂ ਦੋਸਤਾਂ ਨੇ, ਹੈ ਨਾ, ਬਾਕੀ ਉਹਦੇ ਵਿੱਚ ਕੋਈ ਸੱਚਾਈ ਵੀ ਹੋ ਸਕਦੀ ਆ, ਠੀਕ ਆ, ਅਤੇ ਕੁਛ ਸਾਡੇ ਵਿਚਾਰ ਗਲਤ ਵੀ ਹੋ ਸਕਦੇ ਆ, ਆਪਾਂ ਉਹਦੇ ਬਾਰੇ ਤੁਹਾਨੂੰ, ਠੀਕ ਆ, ਬਿਲਕੁਲ ਸਹੀ ਸਹੀ ਨਹੀਂ ਦੱਸ ਸਕਦੇ ਕਿਉਂਕਿ ਸਹੀ ਸਹੀ ਤਾਂ ਸਾਨੂੰ ਵੀ ਨਹੀਂ ਪਤਾ ਹੈਗਾ। ਅਤੇ ਇਸ ਕਰਕੇ ਜੇਕਰ ਤੁਸੀਂ ਵੀ ਥੋੜ੍ਹੇ ਪਤਾ ਇਹਦੇ ਬਾਰੇ ਜਾਣਨਾ ਚਾਹੁੰਦੇ ਜੇ ਤਾਂ ਇਹ ਕੀ ਚੀਜ਼ ਹੈਗੀ ਆ, ਅਤੇ ਥੋੜ੍ਹਾ ਜਿਹਾ ਇੰਟਰਨੈਟ ਦੇ ਉੱਪਰ ਜਾ ਕੇ ਇਹਦੇ ਬਾਰੇ ਥੋੜ੍ਹੀ ਜਿਹੀ ਜਾਂਚ ਕਰੋ, ਵੇਖੋ, ਠੀਕ ਆ, ਹੋ ਸਕਦਾ ਕਿ ਤੁਹਾਨੂੰ ਕੋਈ ਨਵੀਂ ਚੀਜ਼ ਲੱਭੇ ਇਹਦੇ ਬਾਰੇ। ਜੋ ਕੁਛ ਸਾਨੂੰ ਲੱਭਿਆ, ਜੋ ਕੁਛ ਸਾਨੂੰ ਲੱਗਾ, ਅਸੀਂ ਉਹ ਤੁਹਾਨੂੰ ਤੁਹਾਡੇ ਨਾਲ ਸ਼ੇਅਰ ਇਹ ਕਰਤਾ। ਬਾਕੀ ਤੁਹਾਡਾ ਜੇ ਕੋਈ ਹੋਰ ਸਵਾਲ ਕੋਈ ਹੋਵੇ ਤਾਂ ਮੇਰੇ ਵੀਰ ਜ਼ਰੂਰ ਕਰਿਓ, ਅਤੇ ਉਹਦੇ ਬਾਰੇ ਆਪਾਂ ਕਮੈਂਟ ਦੇ ਵਿੱਚ ਫਿਰ ਨਵੀਂ ਗੱਲਬਾਤ ਸ਼ੁਰੂ ਕਰਾਂਗੇ। ਅਤੇ ਇੰਨੀ ਆਪਣੀ ਵੀਡੀਓ ਅੱਜ ਦੀ। ਓਕੇ, ਬਾਏ ਜੀ, ਸਤਿ ਸ਼੍ਰੀ ਅਕਾਲ ਜੀ, ਅਤੇ ਟੇਕ ਕੇਅਰ।